ਸਰਨਾਮੇ ਲਿਖੇ ਜਾਂਦੇ ਆ। ਅੱਜ ਦੇਖਦੇ ਜੀ ਕਿਹੜੇ ਗੁਰੂ ਦਾ ਸਰਨਾਮਾ ਜਿਹੜਾ ਪੁੱਛਿਆ ਜਾਵੇਗਾ, ਦਰਸ਼ਕ ਕਿਹੜੇ ਗੁਰੂ ਦੇ ਬਾਬਾ ਦੇ ਭਾਰ ਨਾ, ਉਹ ਕਹਿੰਦੇ ਹੈਲੋ ਜਾਰਜੀਆ ਤੇ ਸੁੱਖ ਬੱਬੇ ਫਾਲੀ ਦੇ ਦਰਮਿਆਨ ਲੱਗਿਆ ਹੋਇਆ ਕੋਈ ਉੱਤੇ ਬਾਹਰ ਮਾਰ ਕੇ ਤੁਸੀਂ ਡਾਬ ਵੀ ਜਿਹੜਾ ਮਾਰਿਆ ਜਾ ਰਿਹਾ, ਡਾਬ ਵੀ ਜਿਹੜਾ ਬਾਹਰ ਬਾਹਰ ਮਾਰਿਆ ਜਾ ਰਿਹਾ ਕਿ ਜਾ ਤੁਸੀਂ ਔਖੀ ਵੇਲੇ ਸਾਥ ਦੇਣ ਦਾ ਤਰਾਈਆਂ ਨਾਰੀਆਂ ਕਿ ਹਉ ਸੂਰਮਾ ਤੇ ਨਿਤਰੂ ਮੈਦਾਨ ਵਿੱਚ ਦੀ ਥੋੜੀ ਉਹ ਪੈਂਦੀਆਂ ਇੱਕ ਹੀ ਇਹ ਪੈਂਦੀ ਹੈ ਮਿਆਨ ਵਿੱਚ ਦੀ ਮਾਰੀ ਸੰਗਤ ਦੀ ਰੰਗਤ ਵੀ ਇਹ ਮਾਰੀ ਚੜ੍ਹਦੀ ਰਾਲੇ ਪੱਟੀ ਦੀ ਸੱਚ ਹੁੰਦੀ ਹੈ ਤੇ ਹਿੱਕ ਦੇ ਜ਼ੋਰ ਦੇ ਨਾਲ ਮਿਲਦੇ ਨੇ ਬੁਲਟ ਹੁੰਦੀ ਹੈ ਹਿੱਕ ਅੱਜ ਕਹਿੰਦੇ ਅਖਾੜੇ ਦੇ ਅੰਦਰ ਹਿੱਕ ਦਾ ਜ਼ੋਰ ਜਿਹੜਾ ਅਜਮਾਇਆ ਜਾ ਰਿਹਾ ਵਾਜੀ ਗੱਲ ਔਰ ਉਸਦੀ ਆਰ ਪਾਰ ਦੀ ਢਾਟਕੀ ਦਾ ਸਮਾਂ ਰੋਕਣਾ ਵੀ ਰੱਬ ਨੂੰ ਮਾਨੀ ਜਿਹੜਾ ਮਿੱਟੀ ਵਾਲਾ ਸਮਾਂ ਰੋਕਿਆ ਜਾਵੇਗਾ 20 ਮਿੰਟ ਖੁੱਲ੍ਹਾ ਸਮਾਂ ਤੇ 5 ਮਿੰਟ ਪੁਆਇੰਟ ਜਿਹੜੇ ਦਿੱਤੇ ਗਏ ਨੇ ਪ੍ਰਬੰਧਕਾਂ ਵੱਲੋਂ 5 ਮਿੰਟ ਪੁਆਇੰਟ ਤੇ ਕੁਸ਼ਤੀ ਹੋਊਗੀ ਵਾਜੀ ਗੱਲ ਸਰਦਾਰ ਹਰਦੇਵ ਸਿੰਘ ਜੀ ਕਾਮਾ ਸਾਹਿਬ ਦਾ ਧੰਨਵਾਦ ਹੈ ਬੜੀ ਸਿਆਸੀਆਂ ਭਰੀ ਜ਼ਿੰਦਗੀ ਹੈ ਵੀ ਤੋਂ ਸਮਾਂ ਕੱਢ ਕੇ ਵੱਡੇ ਹੈ ਉਹਨਾਂ ਦਾ ਵੀ ਇੱਥੇ ਤੋਂ ਧੰਨਵਾਦ ਕਰਦੇ ਹਾਂ ਵਾਜੀ ਗੱਲ ਕੁਸ਼ਤੀ ਆਰ ਪਾਰ ਦੀ ਕੁਸ਼ਤੀ ਢੈਟ ਵਈਏ ਦੀ ਹੋਊਗੀ ਇਹ ਪ੍ਰਬੰਧਕਾਂ ਦਾ ਫੈਸਲਾ ਹੈ ਵੀ ਕੁਸ਼ਤੀ ਜਿਹੜੀ ਆਰ ਪਾਰ ਦੀ ਵਿਖਾਈ ਜਾਊਗੀ ਵਾਜੀ ਗੱਲ ਲਓ ਇਸ ਵੇਲੇ ਕਹਿੰਦੇ ਆਹ ਲੰਗੋਟੇ ਨੂੰ ਹੱਥ ਪਾਇਆ ਲੰਗੋਟੇ ਨੂੰ ਹੱਥ ਪਾਇਆ ਸੁੱਖ ਬੱਬੇ ਫਾਲੀ ਦੇਖਦੇ ਵੀ ਗੱਲ ਕੀ ਬਣਦੀ ਹੈ ਇਸ ਵੇਲੇ ਗੱਲ ਕੀ ਬਣਦੀ ਮਾਲਕ ਕਿਹੜਾ ਸਾਥ ਦਿੰਦਾ ਹੈ ਇਸ ਵੇਲੇ ਕਿਹੜਾ ਮਲ ਅੱਜ ਜਿੱਤ ਕਰਕੇ ਜਾਵੇਗਾ ਕਿਹੜਾ ਮਲ ਅੱਜ ਜੇਤੂ ਬਣਦਾ ਇਸ ਕੁਸ਼ਤੀ ਦਾ ਵਾਜੀ ਗੱਲ ਕਿ ਚੰਗੇ ਕੰਮਾਂ ਵਿੱਚ ਬਾਜੀ ਮਾਰੀਗਾ ਸੁਪਰ ਤੇ ਠੁਪਰ ਮਲ ਹੈ ਜਿਹੜੇ ਇਸ ਵੇਲੇ ਮੈਦਾਨ ਦੇ ਵਿੱਚ ਕੁਸ਼ਤੀ ਲੜ ਰਹੇ ਹੈ ਸੁਪਰ ਤੇ ਠੁਪਰ ਮਲ ਹੈ ਮੇਰੇ ਵੀਰੋ ਲਓ ਦੋਨੋਂ ਮੱਲਾਂ ਦੇ ਦਰਮਿਆਨ ਸ਼੍ਰੀ ਜਿਹਾ ਮਰਦ ਸ਼ਾਨਦਾਰ ਬਣ ਜਾ ਕਿ ਸਾਬੇ ਕੁਹਾਲੀ ਜਿਹਾ ਮੱਥਰਾ ਰੋਬ ਰੱਖੀ ਪੰਮੇ ਦੇ ਵਾਂਗ ਤੂੰ ਤਾਕਤਵਾਰ ਬਣ ਜਾ ਕਿ ਸ਼ੇਰੇ ਗਹਿਣ ਮਜਾਰੀ ਦੁਨੀਆ ਮਿਸਰੀ ਤਿਆਰੀ ਆ ਵਾਹ ਬੱਲੇ 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 ਵਾਜੀ ਵਾਹ ਦਰਸ਼ਕ ਵੀਰਿਓ ਉਹ ਸਵਾਦ ਆਉਂਦਾ ਤਾੜੀ ਮਾਰੋ ਮੱਲਾਂ ਦਾ ਜ਼ੋਰ ਲੱਗਾ ਹੋਇਆ ਮੱਲਾਂ ਦਾ ਪੂਰਾ ਜਿਹੜਾ ਜ਼ੋਰ ਲੱਗਿਆ ਹੋਇਆ ਮੱਲਾਂ ਦਾ ਵੱਟੇ ਨਹੀਂ ਮਾਰਦੇ ਜੀ ਬਾਕੀ ਕੋਈ ਗੱਲ ਨਹੀਂ ਆਪਾਂ ਘੁੰਮ ਫਿਰ ਰਹੇ ਹਾਂ ਵਿੱਚ ਆ ਕੇ ਬਣਾਉਣੀ ਮੂਹੀ ਗੱਭੇ ਆ ਕੇ ਬੈਠ ਕੇ ਬਣਾ ਲਓ ਪਰ ਵੱਟੇ ਨਹੀਂ ਮਾਰਦੇ ਬਾਹਰ ਇਹ ਵੇਂਦੀ ਹੈ ਵੱਟੇ ਨਾ ਮਾਰੋ ਜੀ ਬੜੀ ਜ਼ਬਰਦਸਤ ਜਿਹੜੀ ਖਾੜੇ ਵਿੱਚ ਚੱਲ ਰਹੀ ਹੈ ਐਨ ਮੱਲ ਕਹਿੰਦੇ ਵੀ ਤਾਪ ਵਿੱਚ ਮਰਨ ਦੀ ਕੋਸ਼ਿਸ਼ ਕਰਦੇ ਆ ਵੀ ਆਰ ਪਾਰ ਦਾ ਫੈਸਲਾ ਵਿਖਾਉਣਾ ਪ੍ਰਬੰਧਕਾਂ ਨੂੰ ਆਰ ਪਾਰ ਦੀ ਕੁਸ਼ਤੀ ਮੇਰੀ ਵੀਰੇ ਰਾਜੀ ਬਾ ਅੱਜ ਕਿਹੜਾ ਜਿੱਤ ਕੇ ਜਾਵੇਗਾ ਗੱਲ ਸਮੇਂ ਦੀ ਹੋਣੀ ਹੈ ਸਮਾਂ ਕਿਹਦੇ ਹੱਕ ਦੇ ਵਿੱਚ ਫੈਸਲਾ ਕਰਾਉਂਦਾ ਹੈ ਗੱਲ ਸਮੇਂ ਦੀ ਪਰਲੇ ਪਾਸੇ ਰੋਗੀ ਬੱਲੇ 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 ਲੱਗਿਆ ਹੋਇਆ ਜੋਰ ਦੋ ਮੱਲਾਂ ਦੇ ਦਰਮਿਆਨ ਰਾਜੀ ਬਾ ਕੁਝ ਵੀ ਹੋ ਸਕਦਾ ਕੁਝ ਕੁ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਆਹ ਵੇਖਦੇ ਵੀ ਕਿ ਹਜੇ ਤਾਂ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਹਜੇ ਤਾਂ ਤੀਰ ਕਮਾਨ ਚ ਲੰਗੋਟਾ ਫੜ ਕੇ ਜ਼ਿਆਦਾ ਦੇਰ ਨਹੀਂ ਲੱਗਣਾ ਕੋਚ ਨੋਟ ਕਰ ਨੋਟ ਕਰਨ ਲੰਗੋਟਾ ਫੜ ਕੇ ਜ਼ਿਆਦਾ ਦੇਰ ਬੈਠਿਆ ਨਹੀਂ ਜਾਵੇਗਾ ਇੱਕ ਉਸ ਸਭ ਨੋਟ ਕਰੋ ਵਾਜੀ ਗੱਲ ਦਾ ਫੈਸਲਾ ਆਰ ਪਾਰ ਦਾ ਫੈਸਲਾ ਲਿਆ ਜਾਵੇਗਾ ਕੁਸ਼ਤੀ ਦਾ ਕੰਕਰ ਕਲਾਂ ਦੇ ਵਿੱਚ ਮਨਾਇਆ ਗਿਆ ਉੱਥੇ ਹੁਣ 7 ਤਰੀਕ ਨੂੰ ਛਿੰਦ ਮੇਲਾ 21 ਤਰੀਕ ਨੂੰ ਕਬੱਡੀ ਕੱਪ ਇਹ ਖੜਗੜ ਕਲਾਂ ਦੀ ਧਰਤੀ ਤੇ ਕਿ ਭਗਤ ਸਿੰਘ ਦਾ ਚੜ੍ਹਦਾ ਫਾਂਸੀ ਨਾ ਦੁਨੀਆ ਚੇਤੇ ਕਰਦੀ ਝਾਂਸੀ ਰਾਣੀ ਕੌਣ ਆਪੇ ਹਾਲੀ ਦੇਖੋ ਵੀ ਗੱਲ ਕੀ ਬਣਦੀ ਹੈ ਇਸ ਵੇਲੇ ਗੱਲ ਕੀ ਬਣਦੀ ਮਾਲਕ ਕਿਹੜਾ ਸਾਥ ਦਿੰਦਾ ਹੈ ਇਸ ਵੇਲੇ ਕਿਹੜਾ ਮਲ ਅੱਜ ਜਿੱਤ ਕਰਕੇ ਜਾਵੇਗਾ ਕਿਹੜਾ ਮਲ ਅੱਜ ਜੇਤੂ ਬਣਦਾ ਇਸ ਕੁਸ਼ਤੀ ਦਾ ਵਾਜੀ ਗੱਲ ਕਿ ਚੰਗੇ ਕੰਮਾਂ ਵਿੱਚ ਲਾ ਤੂੰ ਜਿੰਦੇ ਆਪਣੀ ਮਾਰ ਮਿਹਨਤਾਂ ਤੂੰ ਮਲ ਸਰਦਾਰ ਬਣ ਗਿਆ ਜਿਹਦਾ ਦੰਗਲਾਂ ਵਿੱਚ ਪੂਰਾ ਨਾ ਚੱਲੇ ਪਰਮਿੰਦਰ ਡੂੰਗ ਸ਼ੜੀ ਜਿਹਾ ਮਰਦ ਸ਼ਾਨਦਾਰ ਬਣ ਗਿਆ ਕਿ ਸਾਬੇ ਕੁਹਾਲੀ ਜਿਹਾ ਬੱਖਰਾ ਹੈਡੋ ਜਾਰਜੀਅਨ ਮਲ ਹੈ ਉੱਪਰਲੇ ਪਾਸੇ ਹੈਡੋ ਜਾਰਜੀਅਨ ਵਾਜੀ ਗੱਲ ਫੈਸਲਾ ਕਹਿੰਦੇ ਆਰ ਪਾਰ ਦਾ ਲਿਆ ਜਾਵੇਗਾ ਕੁਸ਼ਤੀ ਦਾ ਫੈਸਲਾ ਜਿਹੜਾ ਹੋਵੇਗਾ ਉਹ ਆਰ ਪਾਰ ਦਾ ਹੋਵੇਗਾ ਵਾਜੀ ਗੱਲ ਦੁੱਖ ਸੁੱਖ ਜ਼ਿੰਦਗੀ ਦੇ ਸਾਗਰ ਸਦਾ ਦਾ ਮਾਜ ਬਹਾਰਾ ਕਦੇ ਮਿਲਦੇ ਕੱਪ ਲਿਸ਼ਕਦੇ ਕਦੇ ਮਿਲਦੀਆਂ ਹਾਰਾ ਕਦੇ
ਕਦੇ ਕੱਪ ਨਿਸ਼ਕਰੇ ਮਿਲਦੇ ਆ, ਕਦੇ ਹਾਰਾਂ ਮਿਲਦੀਆਂ ਹੈ। ਕਰਗੜ ਕਲਾਂ ਦੇ ਵਿੱਚ ਮਨਾਇਆ ਗਿਆ, ਉੱਥੇ ਹੁਣ 7 ਤਰੀਕ ਨੂੰ ਛਿੰਨ ਮੇਲਾ, 21 ਤਰੀਕ ਨੂੰ ਕਬੱਡੀ ਕੱਪ, ਇਹ ਖੜਗੜ ਕਲਾਂ ਦੀ ਧਰਤੀ ਤੇ ਕਿ ਭਗਤ ਸਿੰਘ ਨਾਲ ਚੜ੍ਹਦਾ ਫਾਂਸੀ ਨਾਲ ਬਲੀਆਂ ਕੀਤੇ ਕਰਦੀ ਝਾਂਸੀ ਰਾਣੀ ਕੌਣ ਆਖਦਾ। ਸ਼ੁੱਧ ਜਿਹੜਾ ਅਖਾੜੇ ਵਿੱਚ ਚੱਲ ਰਿਹਾ ਹੈ, ਸਰਦਾਰ ਅਮਰੀਕ ਸਿੰਘ ਜੀ ਵੀ ਤੱਕਦੇ ਆ ਵੀ ਆਹ ਫੈਸਲਾ ਆਪਾਂ ਵੇਖ ਕੇ ਜਾਣਾ ਵੀ ਆਹ ਕੁਸ਼ਤੀ ਦਾ ਫੈਸਲਾ ਕੀ ਹੁੰਦਾ। ਵਾਰੀ ਗੱਲ ਅੱਜ ਸਾਡੇ ਪਿੰਡ ਕਾਮਾ ਵਿਖੇ ਛਿੰਝ ਮੇਲਾ ਕਰਵਾਇਆ। ਇਹ ਸਾਡੇ ਬਜ਼ੁਰਗਾਂ ਤੋਂ ਬਹੁਤ ਪੁਰਾਣਾ ਸਾਡਾ ਚੱਲਦਾ ਆ ਰਿਹਾ, ਸਾਡੀ ਸੁੱਖ ਹੈ। ਇੱਥੇ ਗੁੱਗਾ ਯਾਰ ਵੀਰ ਦੀ ਜਗ੍ਹਾ ਤੋਂ ਮੰਨਦੇ ਹਾਂ ਅਸੀਂ, ਉਹਦੇ ਸੰਬੰਧ 'ਚ ਅੱਜ ਛਿੰਝ ਮੇਲਾ ਹੋਇਆ, ਜਿਸ ਦੇ ਵਿੱਚ ਸੁੱਖ ਬੱਬੇ ਵਾਲੀ ਖੇਡੋ ਜਾਰਜੀਆ ਤੋਂ ਫਾਈਨਲ ਕੁਸ਼ਤੀ 'ਚ ਤੱਕ ਦੀ ਜੇਤੂ ਰਿਹਾ, ਪਟਕਾ ਲੈ ਗਿਆ ਅਤੇ ਬਹੁਤ ਸਾਰੇ ਪਹਿਲਵਾਨਾਂ ਨੇ ਸਾਡੇ ਹਿੱਸਾ ਲਿਆ, ਜੋ ਸਾਡੇ ਪ੍ਰਬੰਧਕ ਕਮੇਟੀ ਆ, ਜੋ ਦਰਸ਼ਕ ਆ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇਸ ਮੇਲੇ ਦੇ ਵਿੱਚ ਸਾਥ ਦਿੱਤਾ। ਅਸੀਂ ਇਹ ਜੋ ਖੇਡ ਮੇਲਾ ਕਰਾਉਂਦੇ ਹਾਂ, ਛਿੰਝ ਕਰਾਉਂਦੇ ਹਾਂ, ਅਸੀਂ ਬਹੁਤ ਵੱਡੇ ਪੱਧਰ 'ਤੇ ਟੂਰਨਾਮੈਂਟ ਕਰਾਉਂਦੇ ਹਾਂ। ਸਾਡੇ ਕਾਮੇ ਦੇ ਵਿੱਚ ਅਸੀਂ ਕਾਫੀ ਸਪੋਰਟਸ ਨੂੰ ਚੱਕ ਰਹੇ ਹਾਂ, ਜੈਮਾ ਖੋਲਿਆ ਆ, ਫੁੱਟਬਾਲ ਅਕੈਡਮੀ ਬੱਚਿਆਂ ਦੀ ਆ ਚੱਲਦੀ, ਜੋ ਨਸ਼ਿਆਂ ਦੇ ਖਿਲਾਫ ਅਸੀਂ ਪਿੱਛੇ ਰੈਲੀ ਵੀ ਕੱਢੀ ਸੀ ਵਿਲੇਜ ਯੂਥ ਕਲੱਬ ਕਾਮਾ ਵੱਲੋਂ, ਗ੍ਰਾਮ ਪੰਚਾਇਤ ਕਾਮਾ ਨਾਲ, ਸਿੰਘ ਕਮੇਟੀ, ਸਾਰੇ ਗੁਰਦੁਆਰਾ ਕਮੇਟੀਆਂ ਨਾਲ, ਉਹਦੇ ਸੰਬੰਧ 'ਚ ਸਾਡੇ ਕੋਲ ਜੋ ਵੀ ਅਸੀਂ ਨਸ਼ਾ ਛਡਾਉਣ ਦੇ ਲਈ, ਜੋ ਸਾਡੇ ਪਿੰਡ ਦੇ ਵਿੱਚ ਕੋਈ ਵੀ ਬੱਚਾ ਨਸ਼ਾ ਕਰਦਾ ਉਹਦਾ ਅਸੀਂ ਇਲਾਜ ਕਰਾਉਂਦੇ ਹਾਂ ਕਮੇਟੀਆਂ ਵੱਲੋਂ। ਅਤੇ ਸਾਡਾ ਇੱਕੋ ਹੀ ਮਕਸਦ ਹੈ ਵੀ ਸਾਡਾ ਪਿੰਡ ਪਹਿਲਾਂ ਅਤੇ ਬਾਅਦ ਦੇ ਵਿੱਚ ਸਾਰਾ ਪੰਜਾਬ ਅਤੇ ਇੰਡੀਆ ਸਾਫ਼ ਸੁਥਰਾ, ਨਸ਼ੇ ਤੋਂ ਰਹਿਤ ਹੋਵੇ, ਇਹ ਹੀ ਸਾਡਾ ਮਕਸਦ ਹੈ ਖੇਡਾਂ ਕਰਾਉਣ ਦਾ। ਅਤੇ ਬਹੁਤ ਸਾਡੀ ਮਦਦ ਕਰਦੇ ਆ ਇਸ ਟੂਰਨਾਮੈਂਟ 'ਤੇ ਵੀ ਅਤੇ ਇਸ ਛਿੰਝ ਮੇਲੇ 'ਤੇ ਵੀ, ਅਤੇ ਪਿੰਡ ਦੇ ਵਿੱਚ ਜੋ ਵੀ ਅਸੀਂ ਸਪੋਰਟਸ ਨਾਲ ਜੁੜੇ ਲੋਕ ਹੈ ਉਹ ਸਾਡੀ ਇਹਨਾਂ ਲਈ ਵੀ ਬਹੁਤ ਮਦਦ। ਠੀਕ ਹੈ।